प्यारे विद्यार्थियों, हुण मैं गल करांगा पास्ट परफेक्ट टेंस दी। इहदे विच हेल्पिंग वर्ब लगदा हैड, आई वी यू दे ही शी इट, सारिआं दे नाल हैड लगदा, नाल वर्ब दी थर्ड फॉर्म लगदी है। ते इहदा यूज करदे आ पास्ट दे विच कोई एक्शन कंप्लीट हो गया हुंदा। एग्जाम्पल्स इदां दीआं बनदीआं ने, मेरे उत्थे जाण तों पहलां गड्डी जा चुकी सी, एक एक्शन हुंदा पास्ट परफेक्ट दे विच, ਤੇ ਦੂਜਾ ਐਕਸ਼ਨ ਹੁੰਦਾ ਪਾਸਟ ਇਨਡੈਫੀਨਿਟ ਦੇ ਵਿੱਚ। ਜਦੋਂ ਅਸੀਂ ਇਸ ਤਰੀਕੇ ਨਾਲ ਪਾਸਟ ਪਰਫੈਕਟ ਨੂੰ ਸਮਝਦੇ ਹਾਂ ਤਾਂ ਇਹ ਜਲਦੀ ਸਮਝ ਆਉਂਦਾ ਤੇ ਸਹੀ ਤਰੀਕਾ ਵੀ ਇਹੀ ਆ। ਮੇਰੇ ਜਾਣ ਤੋਂ ਪਹਿਲਾਂ ਗੱਡੀ ਜਾ ਚੁੱਕੀ ਸੀ, ਗੱਡੀ ਕਦੋਂ ਗਈ? ਪਹਿਲਾਂ, ਪਾਸਟ ਪਰਫੈਕਟ ਵਿੱਚ ਪਹਿਲਾਂ ਐਕਸ਼ਨ ਹੋਇਆ ਤੇ ਪਾਸਟ ਇਨਡੈਫੀਨਿਟ ਮੇਰੇ ਜਾਣ ਤੋਂ ਪਹਿਲਾਂ, ਮੈਂ ਉੱਥੇ ਬਾਅਦ ਵਿੱਚ ਗਿਆ, ਉਹ ਪਾਸਟ ਇਨਡੈਫੀਨਿਟ ਆ। ਗੱਡੀ ਜੋ ਪਹਿਲਾਂ ਚਲੀ ਗਈ ਸੀ ਉਹ ਪਾਸਟ ਪਰਫੈਕਟ ਆ। ਇਸ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਣ ਲਈ ਤੁਹਾਡੀ ਸਕਰੀਨ ਤੇ ਮੈਂ ਸਲਾਈਡ ਲੈ ਕੇ ਆ ਰਿਹਾ, ਉਸ ਵੱਲ ਧਿਆਨ ਨਾਲ ਦੇਖੋ। ਸੋ ਹੁਣ ਮੈਂ ਗੱਲ ਕਰਾਂਗਾ ਪਾਸਟ ਪਰਫੈਕਟ ਟੈਂਸ ਦੀ। ਇਸ ਦੇ ਵਿੱਚ ਹੈਲਪਿੰਗ ਵਰਬ ਹੈਡ ਵਰਤਿਆ ਜਾਂਦਾ ਹੈ। ਹੀ ਸ਼ੀ ਇਟ ਆਈ ਵੀ ਯੂ ਦੇ ਸਾਰਿਆਂ ਦੇ ਨਾਲ ਹੈਡ ਪਲੱਸ ਵਰਬ ਦੀ ਥਰਡ ਫਾਰਮ। ਐਗਜ਼ਾਮਪਲਸ ਵੱਲ ਧਿਆਨ ਦਿਓ। ਆਈ ਹੈਡ ਡਨ ਮਾਈ ਵਰਕ ਵੈਨ ਯੂ ਕੇਮ ਹੋਮ, ਜਦ ਤੁਸੀਂ ਘਰ ਆਏ ਸੀ ਮੈਂ ਆਪਣਾ ਕੰਮ ਖਤਮ ਕਰ ਲਿਆ ਸੀ। ਹੀ ਹੈਡ ਵਨ ਦਾ ਫਿਲਮ ਅਵਾਰਡ ਬਾਈ 1998, ਉਸਨੇ 1998 ਤੱਕ ਫਿਲਮ ਅਵਾਰਡ ਜਿੱਤ ਲਿਆ ਸੀ। ਦੇ ਹੈਡ ਲੈਫਟ ਦਾ ਪਾਰਕ ਵੈਨ ਆਈ ਰੀਚ ਦੇਅਰ, ਜਦੋਂ ਮੈਂ ਉੱਥੇ ਪਹੁੰਚਿਆ ਉਹ ਪਾਰਕ ਤੋਂ ਜਾ ਚੁੱਕੇ ਸੀ। ਟਾਈਮ ਐਕਸਪ੍ਰੈਸ਼ਨ ਜੋ ਇਹਦੇ ਨਾਲ ਯੂਜ਼ ਕੀਤੀਆਂ ਜਾਂਦੀਆਂ ਨੇ ਉਹ ਹੈ ਬਿਫੋਰ, ਆਫਟਰ, ਆਲਰੇਡੀ, ਵੈਨ, ਸਿੰਸ, ਜਸਟ, ਬਾਏ, ਟਿਲ, ਅਨਟਿਲ, ਨੈਵਰ, ਬਾਏ ਦਾ ਟਾਈਮ, ਐਟਸੈਟਰਾ। ਐਫਰਮੇਟਿਵ ਸੈਂਟੈਂਸ, ਜਿਨ੍ਹਾਂ ਨੂੰ ਅਸੀਂ ਪੋਜ਼ਿਟਿਵ ਸੈਂਟੈਂਸ ਵੀ ਕਹਿੰਦੇ ਹਾਂ। ਦ ਟ੍ਰੇਨ ਹੈਡ ਲੈਫਟ ਦਾ ਸਟੇਸ਼ਨ ਵੈਨ ਆਈ ਰੀਚ ਦੇਅਰ, ਜਦ ਮੈਂ ਉੱਥੇ ਪਹੁੰਚਿਆ ਜਿਹੜੀ ਟ੍ਰੇਨ ਆ, ਰੇਲ ਗੱਡੀ ਆ, ਉਹ ਸਟੇਸ਼ਨ ਤੋਂ ਜਾ ਚੁੱਕੀ ਸੀ। ਦ ਪੇਸ਼ੈਂਟ ਹੈਡ ਡਾਇਡ ਬਿਫੋਰ ਆਈ ਰੀਚ ਦੇਅਰ, ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਸੀ। ਦੇ ਹੈਡ ਵਨ ਦਾ ਮੈਚ ਬਾਏ 11 o'clock, ਉਹਨਾਂ ਨੇ 11 ਵਜੇ ਤੱਕ ਮੈਚ ਜਿੱਤ ਲਿਆ ਸੀ। ਸੋ ਹੁਣ ਨੈਗੇਟਿਵ ਸੈਂਟੈਂਸ ਕਿੱਦਾਂ ਬਣਦੇ ਨੇ ਪੋਜ਼ਿਟਿਵ ਤੋਂ, ਉਹਦੇ ਵੱਲ ਧਿਆਨ ਦਿਓ। ਦ ਟ੍ਰੇਨ ਹੈਡ ਨਾਟ ਲੈਫਟ ਦ ਸਟੇਸ਼ਨ ਵੈਨ ਆਈ ਰੀਚ ਦੇਅਰ, ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਟ੍ਰੇਨ ਜਿਹੜੀ ਹੈਗੀ ਗੱਡੀ ਸਟੇਸ਼ਨ ਤੋਂ ਨਹੀਂ ਗਈ ਸੀ। ਦ ਪੇਸ਼ੈਂਟ ਹੈਡ ਨਾਟ ਡਾਇਡ ਬਿਫੋਰ ਆਈ ਰੀਚ ਦੇਅਰ, ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਰੋਗੀ ਨਹੀਂ ਮਰਿਆ ਸੀ, ਬਾਅਦ ਵਿੱਚ ਮਰਿਆ ਹੋ ਸਕਦਾ। ਦੇ ਹੈਡ ਨਾਟ ਵਨ ਦਾ ਮੈਚ ਬਾਈ 11 o'clock, 11 ਵਜੇ ਤੱਕ ਉਹ ਮੈਚ ਨਹੀਂ ਜਿੱਤੇ ਸੀ। ਸ਼ੀ ਹੈਡ ਨਾਟ ਗੋਨ ਟੂ ਦ ਮਾਰਕੀਟ ਬਾਏ ਦਾ ਟਾਈਮ ਆਈ ਰੈਂਗ ਦੇਅਰ, ਮੇਰੇ ਘੰਟੀ ਮਾਰਨ ਤੱਕ, ਮੇਰੇ ਫੋਨ ਕਰਨ ਤੱਕ ਉਹ ਮਾਰਕੀਟ ਨਹੀਂ ਗਈ ਸੀ। ਇਸ ਤੋਂ ਬਾਅਦ ਪਿਆਰੇ ਬੱਚਿਓ, ਇੰਟੈਰੋਗੇਟਿਵ ਅਤੇ ਇੰਟੈਰੋਗੇਟਿਵ ਨੈਗੇਟਿਵ ਜੋ ਟਾਈਪਸ ਨੇ ਉਹ ਤੁਸੀਂ ਆਪ ਪ੍ਰੈਕਟਿਸ ਕਰਨੀਆਂ ਨੇ। ਹਰ ਟੈਂਸ ਨੂੰ ਐਕਸਪਲੇਨ ਕਰਨ ਲੱਗਿਆ ਮੈਂ ਤੁਹਾਨੂੰ ਦੱਸਿਆ ਕਿ ਕਿੱਦਾਂ ਬਣਦੀਆਂ ਨੇ। ਹੈਲਪਿੰਗ ਵਰਬ ਨੂੰ ਅੱਗੇ ਲਿਆ ਕੇ, ਨੋਟ ਐਡ ਕਰਕੇ ਅਤੇ ਕੁਐਸਚਨ ਵਰਡਸ ਲਗਾ ਕੇ ਇਹ ਤੁਸੀਂ ਆਪ ਪ੍ਰੈਕਟਿਸ ਕਰਨੀ ਆ। ਇਸ ਤੋਂ ਬਾਅਦ ਮੈਂ ਚੱਲਣ ਲੱਗਿਆ ਪਾਸਟ ਪਰਫੈਕਟ ਦੇ ਯੂਜ਼ ਵੱਲ, ਪਾਸਟ ਪਰਫੈਕਟ ਟੈਂਸ ਨੂੰ ਕਿੱਥੇ ਯੂਜ਼ ਕੀਤਾ ਜਾਂਦਾ। ਅਸੀਂ ਪਾਸਟ ਪਰਫੈਕਟ ਟੈਂਸ ਨੂੰ ਯੂਜ਼ ਕਰਦੇ ਹਾਂ ਫੋਰ ਐਨ ਐਕਸ਼ਨ ਹੈਪਨ ਇਨ ਦਾ ਪਾਸਟ ਬਿਫੋਰ ਅਨਦਰ ਪਾਸਟ ਐਕਸ਼ਨ। ਦ ਐਕਸ਼ਨ ਵਿਚ ਹੈਪਨ ਅਰਲੀਅਰ ਇਨ ਦਾ ਪਾਸਟ ਇਜ਼ ਇਨ ਪਾਸਟ ਪਰਫੈਕਟ, ਐਂਡ ਦੀ ਐਕਸ਼ਨ ਵਿਚ ਹੈਪਨ ਲੇਟਰ ਐਂਡ ਦੀ ਐਕਸ਼ਨ ਵਿਚ ਹੈਪਨ ਲੇਟਰ ਇਨ ਦਾ ਪਾਸਟ ਇਜ਼ ਪਾਸਟ ਸਿੰਪਲ ਔਰ ਪਾਸਟ ਇਨਡੈਫੀਨਿਟ। ਜਿਹੜਾ ਐਕਸ਼ਨ ਅਨਦਰ ਪਾਸਟ ਐਕਸ਼ਨ ਤੋਂ ਪਹਿਲਾਂ ਹੋਇਆ ਹੋਊਗਾ ਉਹ ਹੋਊਗਾ ਪਾਸਟ ਪਰਫੈਕਟ, ਅਤੇ ਜਿਹੜਾ ਬਾਅਦ ਵਿੱਚ ਹੋਇਆ ਹੋਊਗਾ ਅਤੇ ਪ੍ਰੈਜੈਂਟ ਦੇ ਨੇੜੇ ਹੋਊਗਾ ਉਹ ਹੋਊਗਾ ਪਾਸਟ ਇਨਡੈਫੀਨਿਟ। ਬਾਏ ਦਾ ਟਾਈਮ ਦ ਬੱਸ ਅਰਾਈਵਡ ਸ਼ੀ ਹੈਡ ਗੋਨ ਬੈਕ ਟੂ ਹੋਮ, ਜਿਸ ਸਮੇਂ ਤੱਕ ਬੱਸ ਆਈ ਉਹ ਘਰ ਵਾਪਸ ਜਾ ਚੁੱਕੀ ਸੀ, ਯਾਨੀ ਕਿ ਬੱਸ ਬਾਅਦ ਵਿੱਚ ਆਉਂਦੀ ਹੈ ਅਤੇ ਉਹ ਘਰ ਪਹਿਲਾਂ ਚਲੀ ਗਈ। ਸ਼ੀ ਹੈਡ ਡਨ ਹਰ ਵਰਕ ਬਿਫੋਰ ਹਰ ਫਰੈਂਡਸ ਅਰਾਈਵਡ, ਉਹ ਆਪਣਾ ਕੰਮ ਖਤਮ ਕਰ ਚੁੱਕੀ ਸੀ ਆਪਣੇ ਦੋਸਤਾਂ ਦੇ ਆਉਣ ਤੋਂ ਪਹਿਲਾਂ, ਉਹਦੇ ਦੋਸਤ ਬਾਅਦ ਵਿੱਚ ਆਉਂਦੇ ਨੇ ਅਤੇ ਕੰਮ ਉਹ ਪਹਿਲਾਂ ਖਤਮ ਕਰ ਚੁੱਕੀ ਆ। ਟਾਈਮਲਾਈਨ ਦੇ ਉੱਪਰ ਦੇਖੋ ਇਹ ਪ੍ਰੈਜੈਂਟ ਆ, ਨਾਓ ਵਰਤਮਾਨ ਹੈ, ਪ੍ਰੈਜੈਂਟ ਆ। ਆਹ ਜਿਹੜਾ ਹੈਗਾ ਹਰ ਫਰੈਂਡਸ ਅਰਾਈਵਡ, ਇਹ ਪ੍ਰੈਜੈਂਟ ਦੇ ਨੇੜੇ ਆ, ਇਹਦੇ ਫਰੈਂਡਸ ਜੇ ਹੈਗੇ ਉਹ ਬਾਅਦ ਵਿੱਚ ਆਉਂਦੇ ਨੇ ਤਾਂ ਹੀ ਇਹ ਪ੍ਰੈਜੈਂਟ ਦੇ ਨੇੜੇ ਆ, ਅਤੇ ਕੰਮ ਉਹਨੇ ਪਹਿਲਾਂ ਖਤਮ ਕਰ ਲਿਆ, ਉਹ ਪਾਸਟ ਵਿੱਚ ਪਾਸਟ ਇਨਡੈਫੀਨਿਟ ਤੋਂ ਵੀ ਪਰੇ ਆ। ਪ੍ਰੈਜੈਂਟ ਤੋਂ ਵੀ ਕਿੰਨਾ ਪਰੇ ਆ? ਪਾਸਟ ਇਨਡੈਫੀਨਿਟ ਤੋਂ ਪਿੱਛੇ ਆ, ਯਾਨੀ ਕਿ ਪਾਸਟ ਪਰਫੈਕਟ ਜੋ ਹੋਏਗਾ ਟਾਈਮਲਾਈਨ ਦੇ ਉੱਤੇ, ਸ਼ੀ ਹੈਡ ਡਨ ਹਰ ਵਰਕ ਉਹ ਪਹਿਲਾਂ ਹੋਇਆ, ਹਰ ਫਰੈਂਡਸ ਅਰਾਈਵਡ ਇਹ ਫਰੈਂਡ ਜਿਹੜੇ ਆਏ ਨੇ ਉਹ ਬਾਅਦ ਵਿੱਚ ਆਏ ਨੇ ਅਤੇ ਇਸੇ ਕਰਕੇ ਪ੍ਰੈਜੈਂਟ ਦੇ ਨੇੜੇ ਆ। ਅਸੀਂ ਪਾਸਟ ਪਰਫੈਕਟ ਨੂੰ ਯੂਜ਼ ਕਰਦੇ ਹਾਂ ਉਹਨਾਂ ਐਕਸ਼ਨ ਲਈ ਵਿੱਚ ਹੈਪਨਡ ਬਿਫੋਰ ਅ ਸਪੈਸੀਫਿਕ ਟਾਈਮ ਇਨ ਦਾ ਪਾਸਟ, ਉਹੀ ਚੀਜ਼ ਆ।
ਨਾਲ ਆਪਾਂ ਬਾਏ ਕਰਕੇ ਟਾਈਮ ਲਗਾ ਦਾਂਗੇ। ਹੀ ਹੈਡ ਪੇਂਟਡ ਦਾ ਵਾਲ ਬਾਏ 4 o'clock, ਉਹਨੇ 4 ਵਜੇ ਤੱਕ ਵਾਲ ਪੇਂਟ ਕਰ ਲਈ ਸੀ। ਹੀ ਹੈਡ ਗ੍ਰੈਜੂਏਟਿਡ ਬਾਏ 2001, ਉਹਨੇ 2001 ਤੱਕ ਗ੍ਰੈਜੂਏਸ਼ਨ ਕਰ ਲਈ ਸੀ। ਅਸੀਂ ਪਾਸਟ ਪਰਫੈਕਟ ਨੂੰ ਯੂਜ਼ ਕਰਦੇ ਹਾਂ ਉਹਨਾਂ ਐਕਸ਼ਨ ਲਈ ਜਿਹੜੇ ਕਿ ਫਿਨਿਸ਼ ਹੋ ਗਿਆ ਪਾਸਟ ਵਿੱਚ ਅਤੇ ਉਹਦਾ ਰਿਜ਼ਲਟ ਵਿਜ਼ੀਬਲ ਆ ਪਾਸਟ ਵਿੱਚ ਹੀ। ਦੇ ਵਰ ਹੈਪੀ, ਉਹ ਖੁਸ਼ ਸੀ, ਦੇ ਹੈਡ ਵਨ ਦਾ ਮੈਚ, ਉਹਨਾਂ ਨੇ ਮੈਚ ਜਿੱਤ ਲਿਆ ਸੀ। ਐਮੀ ਵਾਜ਼ ਸੈਡ, ਐਮੀ ਉਦਾਸ ਸੀ, ਸ਼ੀ ਹੈਡ ਫ੍ਰੈਕਚਰਡ ਹਰ ਆਰਮ ਇਨ ਐਨ ਐਕਸੀਡੈਂਟ। ਐਮੀ ਉਦਾਸ ਸੀ, ਉਹਨੇ ਆਪਣੀ ਜਿਹੜੀ ਬਾਂਹ ਸੀ ਉਹ ਫ੍ਰੈਕਚਰ ਕਰ ਲਈ ਸੀ ਇੱਕ ਐਕਸੀਡੈਂਟ ਦੇ ਵਿੱਚ। ਸੋ ਇਹ ਸੀ ਪਿਆਰੇ ਬੱਚਿਓ ਪਾਸਟ ਪਰਫੈਕਟ ਟੈਂਸ। ਆਪਾਂ ਇਹਦੇ ਰੂਲਸ ਦੀ ਗੱਲ ਕੀਤੀ ਅਤੇ ਇਹਦੇ ਡਿਫਰੈਂਟ ਡਿਫਰੈਂਟ ਯੂਜ਼ ਦੀ ਗੱਲ ਕੀਤੀ। ਸੋ ਇਹ ਸੀ ਪਾਸਟ ਪਰਫੈਕਟ ਟੈਂਸ। ਮੈਂ ਉਮੀਦ ਕਰਦਾ ਅੱਜ ਤੁਹਾਨੂੰ ਕਾਫੀ ਹੱਦ ਤੱਕ ਸਮਝ ਆਇਆ ਹੋਏਗਾ। ਇਹ ਟੈਂਸਿਸ ਦੀਆਂ ਬੱਚਿਓ ਕੁਝ ਬਰੀਕੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਜੇ ਸਮਝ ਲਈਏ ਤਾਂ ਇੰਗਲਿਸ਼ ਸਾਡੇ ਲਈ ਆਸਾਨ ਹੋ ਜਾਂਦੀ ਹੈ। ਸੋ ਇਸ ਤੋਂ ਬਾਅਦ ਮੈਂ ਗੱਲ ਕਰਾਂਗਾ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਦੀ।